प्रोग्राम प्यार ही प्यार विच आप सब दा निका निका स्वागत करदी हां। मैं पूनम बैंस बसरा सत श्री अकाल दे नाल। ते आप सब दियां अनेका ही ईमेल्स आईयां, मैसेजेस आए, फोन मैसेजेस भी आए, ये दसन ले कि तुसी साडे पिछले प्रोग्राम बहुत ही पसंद कीते, तुसी कुछ सुझाव भी दित्ते जिहड़े सानू सिर मत्थे कबूल सन। सो आप सब दा बहुत बहुत धन्नवाद साडे प्रोग्राम नूं इन्ना प्यार बख्शण लई। ते लओ जी प्रोग्राम दा आगाज़ करदे हां साडे अज दे इस गीत दे नाल। ਜਿੰਨਾ ਵੀ ਮਰਜ਼ੀ ਇਹ ਚ ਭਾਰ ਪਾਓ ਟੁੱਟਣਗੇ ਨੇ ਜੀ। ਜਿਹੜੇ ਸੂਬੇ ਵਿੱਚ ਤੁਸੀਂ ਰਹਿੰਦੇ ਆ ਜੀ ਉੱਥੇ ਡਿਲੀਵਰ ਕਰਨ ਦਾ ਇੰਤਜ਼ਾਮ ਕਰਦੇ ਆ ਜੀ। ਤੁਸੀਂ ਆਪਣੀ ਮਨਪਸੰਦ ਦੇ ਸੋਫੇ ਤਿਆਰ ਕਰਾਉਣੇ ਚਾਹੁੰਦੇ ਆ ਜੀ। ਬਹੁਤ ਸਾਰੇ ਨਵੇਂ ਡਿਜ਼ਾਈਨ ਤਿਆਰ ਕੀਤੇ ਆ ਜੀ, ਬਹੁਤ ਹੀ ਵਧੀਆ ਡੀਲਾਂ ਦੇ ਰਹੇ ਆ ਜੀ। ਜੇ ਤੁਸੀਂ ਆਪਣੇ ਮਨਪਸੰਦ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਆ ਤਾਂ ਸਾਡਾ ਫੋਨ 6045724655। ਸਤਿ ਸ੍ਰੀ ਅਕਾਲ ਜੀ। KWC ਪ੍ਰੋਡਕਸ਼ਨ। ਵੁੱਡ ਸਪਿੰਡਲਸ, ਮੈਟਲ ਸਪਿੰਡਲਸ, ਗਲਾਸ ਰੇਲਿੰਗ, ਕਸਟਮ ਮੇਡ ਰੇਲਿੰਗ। BC ਦੇ ਕਿਸੇ ਵੀ ਸ਼ਹਿਰ ਵਿੱਚ ਸੇਵਾਵਾਂ ਲੈਣ ਵਾਸਤੇ ਕਾਲ ਕਰੋ 7782463426 7782463426। KWC ਪ੍ਰੋਡਕਸ਼ਨ।
Majestic Kitchen Tech. Painting, staining, gel staining, gel lacquer ते polyurethane लिया best सेवामा वास्ते याद रखो. Majestic Kitchen Tech. Unit number 7, 8307-124 Street, Surrey, BC. Call Sudeep Singh Bard 604-446-2284. प्यारे दोस्तों थोड़े वास्ते खुशखबरी है कि जेकर कदी तुसी साडा ये प्रोग्राम मिस कर दो तो फिक्र करन दी कोई जरूरत नहीं क्योंकि YouTube ते भी तुसी साडा प्रोग्राम प्यार ही प्यार देख सकते हो ते Facebook ते भी देख सकते हो तुसी स्क्रीन ते साडा लिंक एड्रेस देख सकते हो ते इस दे नाल ही आपदा ते मेरा मन पौंदा सेगमेंट 1-1 हाजिर है जी. आप सब का स्वागत है जी साढ़े इस निवेकले जे सैगमेंट 1-1 दे विच. पदयानवी साहब जी थोड़ा भी स्वागत है. सत श्री अकाल पूनम जी, की हाल ने? बिल्कुल ठीक, तुसी सुनाओ जी. बहुत अच्छा. 1-1 दा मतलब ये है, पता नहीं की लै गया जाना, अज की लै गए जी. 1-1ियां चीजां जी, अज थोड़े वास्ते दो सत्रां लैके आई हां, उहनां नूं जरा तुसी डिस्क्राइब करना साढ़े. ओह थैंक यू. हां जी प्लीज प्लीज. हां जी, मैं ता महज तो साडड़ी गोलड़ी हां. मैं ता महज तो साडड़ी गोलड़ी हां. ਤੋੜੇ ਕਮਲੀ ਕੋਜੜੀ ਭੋਲੜੀ ਹਾਂ. ਤੋੜੇ ਕਮਲੀ ਕੋਜੜੀ ਭੋਲੜੀ ਹਾਂ. ਹਾਂਜੀ, ਇਹਨਾਂ ਨੂੰ ਡਿਸਕ੍ਰਾਈਬ ਕਰੋ ਜੀ. ਕੀ ਬਾਤ, ਕੀ ਕਿਹਨੇ ਲਿਖਿਆ ਪਹਿਲਾਂ ਤੇ ਦੱਸੋ. ਆਹਾ, ਇਹ ਸੂਫੀ ਰਾਜ਼ੀ ਸਾਹਿਬ ਨੇ ਲਿਖਿਆ. ਸੂਫੀ ਰਾਜ਼ੀ ਸਾਹਿਬ, ਜਿਹੜਾ ਵੀ ਚਿਮਟਾ ਫੜ ਲੈਂਦਾ ਫਲਾਣਾ ਸੂਫੀ, ਉਹ ਸੂਫੀ. ਜਾਂ ਮੇਰੇ ਵਾਂਗੂ ਵਾਲ ਵਧਾ ਲੈਂਦਾ ਉਹ ਸੂਫੀ, ਜਾਂ ਜਿਹੜਾ ਭੰਗ ਪੀਣ ਲੱਗ ਪੈਂਦਾ ਉਹ ਸੂਫੀ. ਇੰਡੀਆ ਦੀ ਮੈਂ ਗੱਲ ਕਰਦਾ ਜੀ. ਹਾਂਜੀ ਹਾਂਜੀ. ਅੱਛਾ, ਜੇ ਨਸ਼ੇ ਕਰਨਾ ਪੈਂਦਾ ਜੇ ਤਾਂ ਮਤਲਬ ਜਾਂਦੇ ਅੱਖਾਂ ਦੀ ਗਿਦਰੀ ਪੂਜ ਉਹ ਸੂਫੀ. ਸੂਫੀ ਤਾਂ ਇਹ ਆ ਪੂਨਮ ਜੀ. ਹਾਂਜੀ. ਤੇ ਕਿਉਂਕਿ ਇਹ ਸਾਡਾ ਮਿਊਜ਼ਿਕ ਦਾ ਪ੍ਰੋਗਰਾਮ ਹੈਗਾ, ਹਾਂਜੀ, ਇਹ ਬਹੁਤ ਵੱਡੇ ਪੱਧਰ ਕੈਨੇਡਾ ਦੇ ਪੱਧਰ ਦੇ ਉੱਤੇ ਹੈਗਾ, ਇਹ ਆ ਸੂਫੀ ਲਾਈਨਾਂ ਜੀ. ਮੈਂ ਤਾਂ ਮਹਿਜ ਤੋ ਸਾਡੜੀ ਗੋਲੜੀ ਹਾਂ. ਹਾਂ, ਤੇ ਕਾਜ਼ੀ ਜੀ ਕਹਿੰਦੇ ਆ ਜੀ, ਸੂਫੀ ਸਾਹਿਬ ਕਹਿੰਦੇ ਆ ਰਾਜ਼ੀ ਜੀ, ਹਾਂਜੀ, ਕਹਿੰਦੇ ਮੈਂ ਤਾਂ ਬਾਬਾ ਜੀ ਨੂੰ, ਮੈਂ ਤਾਂ ਮਹਿਜ ਤੋ ਸਾਡੜੀ ਗੋਲੜੀ ਹਾਂ. ਤੋੜੇ ਕਮਲੀ ਕੋਜੜੀ ਭੋਲੜੀ. ਆਏ ਹਾਏ ਹਾਏ, ਕਤਲ ਕਰ ਗਏ, ਮਾਰ ਗਏ, ਇੱਦਾਂ ਕਰ ਗਏ. ਤੁਸੀਂ ਕਹਿਣ ਦਾ ਅੰਦਾਜ਼ ਉੱਤੇ ਸੋਨੇ ਤੇ ਸੁਹਾਗਾ ਹੋ ਗਿਆ. ਥੈਂਕ ਯੂ ਜੀ. ਕਿ ਕਹਿੰਦੇ ਵੀ ਮੈਂ ਤਾਂ ਮਹਿਜ ਤੋ ਸਾਡੜੀ ਗੋਲੜੀ ਹਾਂ, ਮੈਂ ਤੁਹਾਡੀ ਗੋਲੀ ਹਾਂ, ਤੁਹਾਡੀ ਦਾਸੀ ਹਾਂ ਜੀ. ਇਹ ਆ ਸੂਫੀ ਦਾ ਰੰਗ ਜੀ. ਹਾਂਜੀ, ਆਪਣੇ ਆਪ ਨੂੰ ਥੱਲੇ ਬੈਠਣਾ, ਨੀਵੇਂ ਰੱਖਣਾ. ਆਏ ਹਾਏ ਹਾਏ, ਇਹੀ ਤਾਂ ਸੂਫੀ ਦਾ ਰੰਗ ਆ. ਤਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਹੁਣ ਮੈਂ ਤਾਂ ਇਹ ਆਪਾਂ ਚਿਮਟਾ ਫੜ ਲਵਾਂ ਤਾਂ ਸੂਫੀ ਬਣ ਜਾਵਾਂ. ਹਾਂਜੀ ਹਾਂਜੀ ਹਾਂਜੀ. ਅਤੇ ਨਾਲ ਉਹਨੇ ਕਿਹਾ ਵੀ ਮੈਂ ਤੁਹਾਡੀ ਗੋਲੜੀ ਹਾਂ, ਮੇਰੇ 'ਚ ਸਿਫਤ ਵੀ ਕੋਈ ਨਹੀਂ ਜੀ. ਤੋੜੇ ਕਮਲੀ ਕੋਜੜੀ ਭੋਲੜੀ ਹਾਂ. ਅਤੇ ਸਾਈਂ ਜੀ ਚਾਹੇ ਕਿ ਮੈਂ ਕੋਝੀ ਹਾਂ, ਹਾਂਜੀ, ਬਿਊਟੀਫੁਲ ਤੋਂ ਉਲਟ ਕੀ ਹੁੰਦਾ, ਅਗਲੀ ਅਗਲੀ. ਹਾਂਜੀ, ਉਹ ਕਹਿੰਦੀ ਮੈਂ ਸੁੰਦਰ ਨਹੀਂ, ਹਾਂਜੀ, ਤੋੜੇ ਮੈਨੇ ਉਹਨਾਂ ਦੀ ਸੂਫੀਆਂ ਦੀ ਭਾਸ਼ਾ ਕਹਿੰਦੀ, ਭਾਵੇਂ ਭਾਵੇਂ, ਹਾਂਜੀ, ਤੋੜੇ ਤੋੜੇ ਭਾਵੇਂ, ਠੀਕ ਜੀ, ਭਾਵੇਂ ਮੈਂ ਕੋਜੜੀ ਆ, ਮੈਂ ਸੁੰਦਰ ਨਹੀਂ, ਹਾਂਜੀ, ਮੈਂ ਸਿਆਣੀ ਵੀ ਨਹੀਂ, ਹਾਂਜੀ, ਮੈਂ ਕਮਲੀ ਆ, ਹਾਂਜੀ, ਤੇ ਚਾਹੇ ਮੈਂ ਕੀ ਆ, ਤੋੜੇ ਕੋਜੜੀ ਕਮਲੀ ਭੋਲੜੀ ਹਾਂ. ਤੇ ਬਾਬਾ ਜੀ ਮੇਰੇ ਕੋਲ ਚਲਾਕੀ ਵੀ ਨਹੀਂ, ਲੋਕਾਂ ਨੂੰ ਚਲਾਕੀਆਂ ਆਉਂਦੀਆਂ, ਮੈਂ ਇੰਟੈਲੀਜੈਂਟ ਵੀ ਨਹੀਂ, ਪੜ੍ਹੀ ਲਿਖੀ ਵੀ ਨਹੀਂ, ਪੜ੍ਹੀ ਲਿਖੀ ਨਹੀਂ, ਭੋਲੜੀ ਭੋਲੀਆਂ ਸਿੱਧੀਆਂ. ਹਾਂ, ਮੈਨੂੰ ਨਹੀਂ ਪਤਾ ਵੀ ਜਾਣੀ ਕਿ ਜਿੱਦਾਂ ਹੁਣ ਵੀ ਜੇ ਤਾਂ ਹੁਣ ਦੇ ਜ਼ਮਾਨੇ 'ਚ ਮੈਨੂੰ ਨਹੀਂ ਪਤਾ ਮੋਰਗੇਜ ਰੇਟ ਕੀ ਆ, ਮੈਨੂੰ ਨਹੀਂ ਪਤਾ ਕਰੇਲੇ ਕਿੰਨੇ ਦੇ ਆਉਂਦੇ ਆ, ਕਰੇਲਿਆਂ ਦਾ ਭਾਅ ਕੀ ਆ, ਮੈਨੂੰ ਨਹੀਂ ਪਤਾ ਫਰਾਨੇ ਸੂਟ ਦਾ ਕੀ ਆ ਜਾਂ ਪੋਲਕੀ ਦੇ ਸੈੱਟ ਦਾ ਭਾਅ ਕੀ ਆ, ਮੈਂ ਤਾਂ ਭੋਲੀ ਜੇ ਹੈਗੀ ਹਾਂ. ਇਸ ਕਰਕੇ ਬਾਬਾ ਜੀ ਮੈਨੂੰ ਆਪਣੇ ਚਰਨਾਂ ਨਾਲ ਲਾ ਲਓ ਵੀ ਮੈਂ ਤਾਂ ਤੁਹਾਡੀ ਦਾਸੀ ਹਾਂ. ਠੀਕ ਹੈ, ਇਹ ਹੈਗਾ ਜੀ ਸੂਫੀ ਰਾਜ਼ੀ ਸਾਹਿਬ ਦਾ ਕਲਾਮ, ਤੁਸੀਂ ਲਿਆਂਦਾ, ਤੁਹਾਨੂੰ ਸਲਾਮ. ਥੈਂਕ ਯੂ ਜੀ, ਤੇ ਤੁਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹਦੀ ਵਿਆਖਿਆ ਕੀਤੀ, ਤੁਹਾਨੂੰ ਉਸ ਤੋਂ ਵੀ ਵੱਡਾ ਸਲਾਮ. ਥੈਂਕ ਯੂ ਵੈਰੀ ਮਚ. ਤੇ 1-1 ਇੱਕ ਚੀਜ਼ ਨਾਲ ਨਹੀਂ ਬਣਦਾ, ਹੋਰ ਕਿਹੜੀ ਚੀਜ਼ ਲੈ ਕੇ ਆਏ ਅੱਜ ਆਪਣੀ ਇਸ ਪਟਾਰੀ ਦੇ ਵਿੱਚ? ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕਰੰਡ ਕੀ ਹੁੰਦਾ? ਇਹ ਫਿਰ ਸੱਭਿਆਚਾਰਕ ਤੁਸੀਂ ਲੈ. ਹਾਂਜੀ, ਸ਼ਬਦ ਕਰੰਡ. ਪੂਨਮ ਜੀ ਕਿੰਨੇ ਗੁਣ ਵਾਹਿਗੁਰੂ ਨੇ ਤੁਹਾਡੇ 'ਚ ਰੱਖ ਦਿੱਤੇ. ਪਹਿਲਾਂ ਤੁਸੀਂ ਇਸ ਪ੍ਰੋਗਰਾਮ ਨੂੰ ਕਿੰਨੀ ਚੰਗੀ ਤਰ੍ਹਾਂ ਪੇਸ਼ ਕਰਦੇ. ਥੈਂਕ ਯੂ, ਤੁਹਾਡੇ ਦੇਖਣ ਵਾਲਿਆਂ ਦੀ ਨਿਗਾਹੀ ਹੈ. ਤੇ ਦੂਸਰੀ ਗੱਲ ਇਹ ਆ ਵੀ ਕਿੱਥੇ ਸੂਫੀ ਰੰਗ ਲਿਆਂਦਾ, ਹੁਣ ਸੱਭਿਆਚਾਰ ਦਾ ਰੰਗ ਲਿਆਂਦਾ. ਸੱਭਿਆਚਾਰ ਦਾ ਮਤਲਬ ਇਹ ਹੋ ਗਿਆ ਵੀ ਕੁਝ ਪੂਣੀਆਂ ਰੱਖ ਲਓ, ਗਲੋਟੇ ਰੱਖ ਲਓ, ਨਹੀਂ. ਸੱਭਿਆਚਾਰ ਸਾਡਾ ਕੀ ਸੀ? ਖੇਤੀ ਜੀ. ਅਸੀਂ ਤੁਸੀਂ ਸਾਰੇ, ਹਾਂਜੀ, ਸਾਰੇ ਜ਼ਿਮੀਦਾਰਾਂ ਦੇ ਬੱਚੇ ਆ, ਤੁਸੀਂ ਵੀ, ਅਸੀਂ ਬਹੁਤੇ ਦੇਖਣ ਵਾਲੇ ਵੀ ਜੀ. ਸੋ ਜਾਂ ਜ਼ਿਮੀਦਾਰਾਂ ਕਿਤੇ ਨਾਲ ਅਸੀਂ ਸੰਬੰਧਿਤ ਹਾਂ ਜੀ. ਜਿਹੜਾ ਕਰੰਡ ਹੈ ਜੀ, ਕਰੰਡ ਉਹ ਇਹ ਹੁੰਦਾ, ਤੁਸੀਂ ਕਿਹਾ ਕਰੰਡ ਕੀ ਹੁੰਦਾ, ਜਦੋਂ ਨਵੀਂ ਨਵੀਂ ਕੋਈ ਫਸਲ ਬੀਜੀ ਜਾਂਦੀ ਆ, ਉਹ ਧਰਤੀ ਤੋਂ ਹਲੇ ਬਾਹਰ ਨਹੀਂ ਆਈ ਹੁੰਦੀ, ਉੱਤੇ ਥੋੜਾ ਮੀਂਹ ਪੈ ਜਾਂਦਾ. ਅੱਛਾ ਜੀ. ਕੀ ਹੁੰਦਾ ਕਿ ਉੱਥੇ ਧਰਤੀ ਦੀ ਜਿਹੜੀ ਤਹਿ ਉਤਲੀ ਪੇਪੜੀ ਵੱਜ ਜਾਂਦੀ, ਸਖਤ ਹੋ ਜਾਂਦੀ ਜੀ. ਹਾਏ ਹਾਏ,
ਉਹ ਤਾਂ ਫਿਰ ਜਾਣੀ ਕਿ ਜ਼ਿਮੀਂਦਾਰ ਦੀ ਤਾਂ ਜਾਨ ਨਿਕਲ ਜਾਂਦੀ ਕਰੰਟ ਪੈ ਜਾਵੇ ਤਾਂ, ਕਿਉਂਕਿ ਜੇ ਹੁਣ ਆਲੂ ਬੀਜੇ ਆ ਜੀ, ਹਾਂਜੀ, ਉਹ ਆਲੂ ਥੱਲੇ ਕਰੂੰਬਲ ਬਣੀ ਆ ਬਾਹਰ ਫੁੱਟਣ ਨੂੰ ਕਰਦੇ ਆ, ਉੱਤੇ ਮੀਂਹ ਪੈ ਗਿਆ ਥੋੜ੍ਹਾ, ਹਾਂਜੀ, ਜੇ ਜ਼ਿਆਦਾ ਪੈ ਜਾਵੇ ਤਾਂ ਸਾਰੀ ਧਰਤੀ ਫਿਰ ਤਾਂ ਗਿੱਲੀ ਹੋ ਜਾਣੀ ਨਾ, ਫਿਰ ਤਾਂ ਉਹਨੂੰ ਨਿਕਲੇ ਆਉਣਾ ਕਰੂੰਬਲਾਂ ਨੇ, ਹੈਂ ਜੀ। ਜਦੋਂ ਥੋੜ੍ਹਾ ਮੀਂਹ ਪੈ ਜਾਂਦਾ ਤਾਂ ਉਹ ਉੱਤੇ ਤਹਿ ਵੱਜ ਜਾਂਦੀ ਆ ਤਾਂ ਜ਼ਿਮੀਂਦਾਰ ਦੀ ਜਾਨ ਨਿਕਲ ਜਾਂਦੀ, ਪਰ ਕਈ ਕੋਈ ਹਾਲ ਹੁੰਦੇ ਆ ਉਹਨੂੰ ਜਾਣੀ ਕਰੰਟ ਭੰਨ ਵੀ ਹੋ ਜਾਂਦੀ ਆ, ਪਰ ਆਮ ਕਰਕੇ ਕਿੱਥੇ ਪੂਨਮ ਜੀ ਉਹ ਗੱਲ ਥੋੜ੍ਹਾ ਗੱਲ ਨਹੀਂ ਬਣਦੀ, ਨਾਲੇ ਕਿਸਾਨ ਦੀ ਤਾਂ ਇਨਕਮ ਹੀ ਸੋਲ ਇਨਕਮ ਵਿਚਾਰੇ ਦੀ ਖੇਤੀਬਾੜੀ। ਸੋ ਉਹ ਇਹ ਅਸੀਂ ਨਹੀਂ ਚਾਹੁੰਦੇ ਫਿਰ ਕਦੇ ਵੀ ਕਰੰਟ ਪਵੇ, ਪਰ ਅਸੀਂ ਇੱਕ ਸਾਡੇ ਸੱਭਿਆਚਾਰ ਦਾ ਸਾਡੇ ਖੇਤੀ ਸੱਭਿਆਚਾਰ ਦਾ ਜੀ ਇਹ ਵਰਡ ਕਰੰਟ, ਹਾਂਜੀ ਮੈਂ ਸੁਣਿਆ ਸੀ ਕਿਤੋਂ ਪਰ ਮੈਨੂੰ ਮਤਲਬ ਨਹੀਂ ਸੀ ਪਤਾ, ਅੱਜ ਲੱਗ ਗਿਆ, ਮੈਂ ਸੋਚਿਆ ਤੁਹਾਤੋਂ ਪੁੱਛੂ। ਹਾਂਜੀ, ਥੈਂਕ ਯੂ ਵੈਰੀ ਮੱਚ। ਸੋ ਸਾਡੇ ਦਰਸ਼ਕਾਂ ਨੇ ਇਸ ਸੈਗਮੈਂਟ ਨੂੰ ਵੀ ਬਹੁਤ ਪਸੰਦ ਕੀਤਾ, ਤੇ ਤੁਸੀਂ ਦਰਸ਼ਕਾਂ ਨੂੰ ਵਿਸ਼ਵਾਸ ਦੱਸ ਦਿਓ ਵੀ ਅਸੀਂ ਸ਼ੇਅਰ ਵੀ ਲੈ ਕੇ ਆ ਕਰਾਂਗੇ। ਹਾਂ ਹਾਂਜੀ ਬਿਲਕੁਲ ਜੀ, ਸਾਡਾ ਜਿਹੜਾ ਸੈਗਮੈਂਟ ਇੱਕ ਸ਼ੇਅਰ ਆ ਉਹ ਵੀ ਅਸੀਂ ਕਦੀ ਕਦੀ ਬਦਲਵਾਂ ਸੈਗਮੈਂਟ ਲੈ ਕੇ ਆਇਆ ਕਰਾਂਗੇ, ਕਦੀ ਵਨਸ ਵਨ ਅਤੇ ਕਦੀ ਇੱਕ ਸ਼ੇਅਰ, ਅਤੇ ਹੋਰ ਵੀ ਬਹੁਤ ਹੀ ਸਾਡੇ ਦਿਮਾਗ 'ਚ, ਸਾਡੀ ਪੂਰੀ ਟੀਮ ਦੇ ਦਿਮਾਗ 'ਚ ਬਹੁਤ ਸਾਰੇ ਆਈਡੀਆਜ਼ ਨੇ, ਹੌਲੀ ਹੌਲੀ ਲੈ ਕੇ ਆਵਾਂਗੇ। ਤੁਸੀਂ ਬਸ ਸਾਡਾ ਸਾਥ ਦੇਣਾ ਅਤੇ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ, ਸੁਝਾਅ ਦਿੰਦੇ ਰਹਿਣਾ ਕਿ ਅਸੀਂ ਪ੍ਰੋਗਰਾਮ ਨੂੰ ਬਿਹਤਰ ਕਿਵੇਂ ਬਣਾਈਏ, ਅਤੇ ਜਿਹੜਾ ਪ੍ਰੋਗਰਾਮ ਤੁਹਾਨੂੰ ਕੋਈ ਚੀਜ਼ ਨਾ ਅੱਛੀ ਲੱਗੀ ਹੋਵੇ ਉਹ ਵੀ ਦੱਸਣਾ, ਕਿਸੇ ਚੀਜ਼ ਨੂੰ ਤੁਸੀਂ ਦੇਖਣਾ ਸੁਣਨਾ ਮੰਗਦੇ ਹੋ ਉਹ ਵੀ ਜ਼ਰੂਰ ਦੱਸਣਾ। ਹਾਂਜੀ, ਤੇ ਇਸੇ ਨਾਲ ਅਸੀਂ ਅਗਲੇ ਹਫ਼ਤੇ ਫਿਰ ਆਵਾਂਗੇ, ਅਗਲੇ ਹਫ਼ਤੇ ਫਿਰ ਮਿਲਣ ਦਾ ਵਾਅਦਾ ਕਰਦੇ ਹੋਏ ਸਤਿ ਸ੍ਰੀ ਅਕਾਲ। ਪਿਆਰੇ ਦੋਸਤੋ, ਅਸੀਂ ਜਾਣਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਚਿੱਤਰਹਾਰ ਤਾਂ ਨਹੀਂ ਹੈ, ਪਰ ਫਿਰ ਵੀ ਤੁਹਾਡੀਆਂ ਫਰਮੈਸ਼ਨ ਨੂੰ ਸਿਰ ਮੱਥੇ ਕਬੂਲ ਕਰਦੇ ਹੋਏ ਲਓ ਜੀ ਹਾਜ਼ਰ ਹੈ ਤੁਹਾਡੇ ਵਾਸਤੇ ਸਾਡਾ ਅਗਲਾ ਗੀਤ। ਜੇਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ, ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਤਾਇਆ, ਇਹਨੂੰ ਪੜੂਏ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ, ਮੁੰਡਾ ਆਵੇ ਤਾਂ ਨਿਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ। ਉੱਤੋਂ ਵਾਢੀਆਂ ਦਾ ਜ਼ੋਰ ਬੇਬੇ ਬੜੀ ਸੀ ਬਿਮਾਰ, ਤਾਈਓ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ, ਤਾਈਓ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ, ਤੇਰੇ ਬੌਂਦਲੀ ਕਲੀ ਪਰ ਜਾਈ ਨਿਖਰੇ ਚੱਲ ਕੱਢੂ ਰੜਕਾਂ, ਮੇਰੇ ਵੀਰ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਰੜਕਾਂ। ਆਇਆ ਜੇਠ ਸੀ ਤੂੰ ਠੇਕੇ ਉੱਤੋਂ ਰਜਿਆ, ਕੁੰਡਾ ਖੋਲਿਆ ਜਦੋਂ ਸੀ ਤਾਈ ਵਿੱਚ ਵੱਜਿਆ, ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ ਵੇ, ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ, ਬਾਪੂ ਹੋਵੇ ਜੇ ਤਾਂ ਚੁੱਪ ਵੇ ਕਰਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ, ਮੁੰਡਾ ਆਵੇ ਤਾਂ ਨਿਸ਼ੰਗ ਠੇਕਿਆਂ ਤੇ ਬਹਿਣਾ ਜੱਟੀਏ, ਕੰਮ ਜੱਟਾਂ ਦੇ ਪੁੱਤਾਂ ਦਾ ਗਲ ਪੈਣਾ ਜੱਟੀਏ, ਦਾਰੂ ਪੀਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ, ਕੰਮ ਜੱਟਾਂ ਦੇ ਪੁੱਤਾਂ ਦਾ ਗਲ ਪੈਣਾ ਜੱਟੀਏ, ਹਾਏ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ, ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ, ਤੇ ਬਾਣੀਏ ਕਰਨ ਨਾ ਲੜਾਈ ਨਿਖਰੇ ਚੱਲ ਕੱਢੂ ਰੜਕਾਂ, ਵੱਡੇ ਜੇਠ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਰੜਕਾਂ।
ਪਿਆਰੇ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੁਰਾਣੇ ਘਰ ਨੂੰ ਰੈਨੋਵੇਟ ਕਰਨ ਵਾਲੇ ਸਾਡੇ ਦੋਸਤ ਅਤੇ ਨਵਾਂ ਘਰ ਬਣਾਉਣ ਵਾਲੇ ਸਾਡੇ ਦੋਸਤ ਸਾਡੇ ਅੱਗੇ ਆਉਣ ਵਾਲੇ ਸੈਗਮੈਂਟ ਤੋਂ ਬਹੁਤ ਹੀ ਫਾਇਦਾ ਲੈ ਰਹੇ ਨੇ, ਲਾਹਾਵੰਦ ਲੈ ਰਹੇ ਨੇ। ਅਤੇ ਲਓ ਜੀ, ਅੱਜ ਦਾ ਫਿਰ ਬੜਾ ਹੀ ਵਧੀਆ ਟਿਪ ਲੈ ਕੇ ਆ ਰਹੇ ਹਨ ਸਾਡੇ ਪਿਆਰੇ ਦੋਸਤ AS ਤਾਰੀ ਜੀ, ਅੱਜ ਦੇ ਕੰਸਟਰਕਸ਼ਨ ਟਿਪਸ ਲੈ ਕੇ। ਕੰਸਟਰਕਸ਼ਨ ਟਿਪਸ ਵਿੱਚ AS ਤਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਕਿਸ ਕੰਸਟਰਕਸ਼ਨ ਟਿਪ ਬਾਰੇ ਜਾਣਕਾਰੀ ਦੇਣ ਜਾ ਰਹੇ ਹੋ? ਅੱਜ ਦਾ ਟਿਪ ਹੈਗਾ ਆਪਣਾ ਟਾਈਲਾਂ ਬਾਰੇ। ਅੱਛਾ ਜੀ, ਟਾਈਲਾਂ ਲਾਉਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਧਿਆਨ ਰੱਖਣਾ ਚਾਹੀਦਾ? ਬਿਲਕੁਲ, ਪਹਿਲਾਂ ਤਾਂ ਆਪਾਂ ਨੂੰ ਜਦੋਂ ਟਾਈਲਾਂ ਲਗਾਉਣੀਆਂ ਨੇ ਆਪਾਂ ਨੂੰ ਸਕਰੂ ਲਾਉਣੇ ਬਹੁਤ ਜ਼ਰੂਰੀ ਨੇ। ਸਕਰੂ ਲਾਉਣੇ ਚਾਹੀਦੇ ਨੇ। ਠੀਕ ਹੈ ਜੀ, ਸਕਰੂਜ਼ ਲਾਉਣ ਤੋਂ ਬਾਅਦ ਕੀ ਕਰਨਾ ਚਾਹੀਦਾ? ਸਕਰੂ ਦੇ ਬਾਅਦ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਸਬ ਫਲੋਰ ਵੀ ਪਾਉਣੀ ਜ਼ਰੂਰੀ ਹੈਗੀ, ਕਿਉਂਕਿ ਪਹਿਲਾਂ ਸਕਰੂ ਲਾਉਣੇ ਤਾਂ ਜ਼ਰੂਰੀ ਨੇ ਕਿਉਂਕਿ ਆਪਾਂ ਨੂੰ ਥੱਲੇ ਉਹਦੇ ਜਿਹੜੀ ਹੈਗੀ 2x4 ਜਾਂ ਜੋਸਟ ਵਗੈਰਾ ਜਾਂ ਬੀਮ ਵਗੈਰਾ ਦਿਖਾਈ ਦੇ ਜਾਂਦੇ ਨੇ, ਅਤੇ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ 2x4 ਹੈਗੀਆਂ। ਸਬ ਫਲੋਰ ਪਾਉਣ ਦੇ ਨਾਲ ਜਿਹੜਾ ਫਲੋਰ ਹੈ ਉਹ ਸਟਰੋਂਗ ਹੋ ਜਾਂਦਾ, ਹਾਰਡ ਹੋ ਜਾਂਦਾ ਤੁਹਾਡੇ ਕਹਿਣ ਦਾ। ਹਾਂਜੀ ਹਾਂਜੀ। ਓਕੇ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਟੱਬਾਂ ਦੇ ਦੁਆਲੇ ਟਾਈਲਸ ਲਾਉਂਦੇ ਹਾਂ ਜਾਂ ਫਿਰ ਆਪਾਂ ਕੰਧਾਂ 'ਤੇ ਟਾਈਲਸ ਲਾਉਂਦੇ ਹਾਂ, ਉਹਦਾ ਕੋਈ ਖਾਸ ਧਿਆਨ ਰੱਖਣਾ ਚਾਹੀਦਾ? ਟੱਬਾਂ ਦੇ ਪਹਿਲਾਂ ਤਾਂ ਜਿਹੜੀ ਟੱਬ ਆਪਾਂ ਲਾਉਂਦੇ ਹਾਂਗੇ ਉਹਦੀ ਬਹੁਤ ਵੱਡੀ ਮਿਸਟੇਕ ਹੈਗੀ ਹੈਗੀ, ਕਿਉਂਕਿ ਪਲੰਬਰ ਜਿਹੜੇ ਹੈਗੇ ਟੱਬ ਰੱਖਦੇ ਨੇ ਜਦੋਂ, ਉਹਨੂੰ ਲੈਵਲ ਨਹੀਂ ਕਰਦੇ। ਅੱਛਾ ਜੀ। ਉਹ ਲੈਵਲ ਕਰਨਾ ਚਾਹੀਦਾ ਕਿਉਂਕਿ ਉਹ ਰੱਖਦੇ ਨੇ ਸਲੋਬ, ਸਲੋਬ ਦਾ ਮਤਲਬ ਪਾਣੀ ਬਾਹਰ ਨਿਕਲਦਾ ਜਾਵੇ, ਪਰ ਉਹਦੇ ਵਿੱਚ ਜਿਹੜਾ ਟੱਬ ਬਣਿਆ ਵਾ ਉਹਦੇ ਵਿੱਚ ਆਟੋਮੈਟਿਕਲੀ ਪਹਿਲਾਂ ਹੀ ਸਲੋਬ ਹੁੰਦੀ ਹੈਗੀ, ਟੱਬ ਨੂੰ ਲੈਵਲ ਦੇ ਵਿੱਚ ਹੀ ਰੱਖਣਾ ਚਾਹੀਦਾ ਅਤੇ ਸਲੋਪ ਦੇਣ ਦੀ ਕੋਈ ਲੋੜ ਨਹੀਂ ਤੁਹਾਡੇ ਸਲੋਪ ਦੇਣ ਦੀ ਲੋੜ ਨਹੀਂ। ਉਸ ਤੋਂ ਬਾਅਦ ਜਦੋਂ ਆਪਾਂ ਟੱਬ ਲਗਾ ਦਿੱਤੇ ਅਤੇ ਫਿਰ ਜਦੋਂ ਇਹਦੇ ਕੰਧਾਂ ਦੇ ਉੱਤੇ ਟਾਈਲਾਂ ਲਾਉਣੀਆਂ ਨੇ ਜਾਂ ਆਪਾਂ ਫਰਸ਼ 'ਤੇ ਟਾਈਲਸ ਲਾਉਣੀ ਆ, ਉਸਦੇ ਲਈ ਵੀ ਕੋਈ ਖਾਸ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ? ਜਿਹੜੀ ਫਲੋਰ 'ਤੇ ਟਾਈਲ ਲਾਉਣੀ ਆ ਉਹ ਤਾਂ ਸੀਮੈਂਟ ਨਾਲ ਲੱਗ ਜਾਂਦੀ ਹੈਗੀ, ਜਿਹੜੀ ਆਪਾਂ ਕੰਧ 'ਤੇ ਲਾਉਣੀ ਹੈਗੀ ਕੰਧ ਦੇ ਉੱਪਰ ਆਪਾਂ ਗਲੂ ਨਾਲ ਵੀ ਲਾ ਸਕਦੇ ਹਾਂਗੇ। ਗਲੂ ਨਾਲ ਕੰਧ 'ਤੇ ਕਿਉਂ ਲਾਉਣੀ ਹੈ ਅਤੇ ਫਲੋਰ 'ਤੇ ਸੀਮੈਂਟ ਨਾਲ ਕਿਉਂ ਲਾਉਣੀ ਚਾਹੀਦੀ ਹੈ? ਕਿਉਂਕਿ ਸੀਮੈਂਟ ਜਿਹੜਾ ਹੈਗਾ ਗਾ ਸੀਮੈਂਟ ਦੇ ਉੱਪਰ ਜਾਂ ਫਲੋਰ ਦੇ ਉੱਪਰ ਉਹ 'ਤੇ ਲੱਕੜੀ ਲੱਗੀ ਹੁੰਦੀ ਆ ਜਾਂ ਸੀਮੈਂਟ ਲੱਗਿਆ ਹੁੰਦਾ, ਕੰਧ ਦੇ ਉੱਪਰ ਆਪਣੇ ਡਰਾਈਵਲ ਲੱਗੀ ਹੁੰਦੀ ਹੈ, ਇਹਦਾ ਮਤਲਬ ਗਲੂ ਨਾਲ ਵੀ ਲਾ ਸਕਦੇ ਹਾਂਗੇ। ਫਿਰ ਉਹ ਐਵਰ ਲਾਸਟਿੰਗ ਹੋ ਜਾਏਗੀ, ਤੁਹਾਡੇ ਕਹਿਣ ਦਾ ਮਤਲਬ ਜ਼ਿਆਦਾ ਦੇਰ ਤੱਕ ਚੱਲੇਗੀ ਅਗਰ ਇਸ ਤਰੀਕੇ ਨਾਲ ਲਾਈਆਂ ਜਾਣ। ਇਸ ਤੋਂ ਬਿਨਾਂ ਤੁਸੀਂ ਕੁਝ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਨਹੀਂ, ਟਾਈਲਾਂ ਦਾ ਅੱਜ ਇਹੀ ਟਿਪ ਸੀਗਾ ਆਪਣਾ। ਤੁਸੀਂ ਸਾਡੇ ਦਰਸ਼ਕਾਂ ਨੂੰ, ਘਰ ਬਣਾਉਣ ਵਾਲੇ ਕਾਰੀਗਰਾਂ ਨੂੰ ਬਹੁਤ ਹੀ ਵਿਸ਼ੇਸ਼ ਜਾਣਕਾਰੀ ਦਿੱਤੀ ਟਾਈਲਸ ਲਾਉਣ ਬਾਰੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫੇਰ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਨਿਊ ਵੇ ਰੇਲਿੰਗ ਲਿਮਟਿਡ, ਪੈਟੀਓ ਰੇਲਿੰਗ, ਫੈਂਸ ਐਂਡ ਗੇਟਸ, ਵਿੰਡੋ ਸਿਕਿਉਰਿਟੀ ਬਾਰ, ਅਲੂਮੀਨੀਅਮ ਰੇਲਿੰਗ, ਗਲਾਸ ਰੇਲਿੰਗ, ਅਲੂਮੀਨੀਅਮ ਮੈਟਲ, ਵੈਲਡਿੰਗ, ਪੈਟੀਓ। ਯੂਨਿਟ 111-8377-128 ਸਟਰੀਟ, ਸਰੀ, BC। ਕਾਲ 604-773-1452। Real fireplaces and lightings. Gas ਅਤੇ electric fireplaces ਦਾ BC ਦਾ ਸਭ ਤੋਂ ਵੱਡਾ showroom. Crystal lighting ਦੇ specialist. Real fireplaces and lightings. 78 Avenue and 128 Street ਦੇ corner ਤੇ, Surrey BC. 604-593-5393. Sharma and Associates, certified general accountant. Quick tax returns, personal, corporate, trust, societies, accounting, GST, PST, WCB, payroll, bookkeeping and financial statements. 138-84 Avenue, Surrey, BC. Call 604-597-5612. ਪਿਆਰੇ ਦੋਸਤੋ, ਤੁਹਾਡੇ ਬੌਧਿਕ ਮਨੋਰੰਜਨ ਦਾ ਪੂਰਾ ਪੂਰਾ ਖਿਆਲ ਰੱਖਦੇ ਹੋਏ, ਸੋਚਦੇ ਹੋਏ, ਤਾਂ ਹੀ ਤੁਹਾਡੇ ਵਾਸਤੇ ਇੱਕ ਬੜਾ ਹੀ ਵਧੀਆ ਸੈਗਮੈਂਟ ਅਸੀਂ ਤਿਆਰ ਕੀਤਾ ਹੈ। ਹਰ ਹਫ਼ਤੇ ਤੁਸੀਂ ਉਸਨੂੰ ਬੜਾ ਹੀ ਪਿਆਰ ਬਖਸ਼ਦੇ ਹੋ। ਅਤੇ ਲਓ ਜੀ, ਅੱਜ ਫਿਰ ਇੱਕ ਵਾਰੀ ਹਾਜ਼ਰ ਹੈ ਚੁੰਝ ਚਰਚਾ, ਜਿਸ ਨੂੰ ਲੈ ਕੇ ਆ ਰਹੇ ਹਨ ਮੇਰੇ ਪਿਆਰੇ ਦੋਸਤ ਮਿਸਟਰ ਪ੍ਰਧਿਆਨਵੀ ਸਾਹਿਬ, ਅਤੇ ਇਸ ਦੇ ਨਾਲ ਨਾਲ ਸਾਡੇ ਬੜੇ ਪਿਆਰੇ ਜਿਹੇ ਹੋਸਟ ਮਿਸਿਸ ਬਿੰਨੀ ਜੀ। ਮੈਨੇ ਮੇਰੇ ਕੋਲੋਂ ਪ੍ਰੋਗਰਾਮ ਚੁਣ ਚਰਚਾ ਵਿੱਚ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਲ ਪਧਿਆਣ ਵੀ, ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਅਤੇ ਤੁਹਾਡਾ ਵੀ ਸ਼ੁਕਰੀਆ। ਦੱਸੋ ਵੀ ਅੱਜ ਕਿਹੜਾ ਟੋਪਿਕ ਲੈ ਕੇ ਆਏ ਜੀ? ਅੱਜ ਟੋਪਿਕ ਅਸੀਂ ਲੈ ਕੇ ਆ ਰਹੇ ਹਾਂ ਬਿਜ਼ੀ। ਬਿਜ਼ੀ? ਹਾਂਜੀ। ਤੁਸੀਂ ਬਿਜ਼ੀ ਆ? ਬਹੁਤ ਜ਼ਿਆਦਾ। ਤਾਂ ਇਹਦਾ ਮਤਲਬ ਮੈਂ ਬਿਜ਼ੀ ਨਹੀਂ? ਨਹੀਂ, ਤੁਸੀਂ ਵੀ ਹੈਗੇ ਹੋ, ਆਪਾਂ ਤਾਂ ਬਿਜ਼ੀ ਟਾਈਮ ਕੱਢ ਕੇ ਸ਼ੋਅ ਕਰਨ ਵਾਸਤੇ ਆਏ ਹਾਂ ਅੱਜ। ਠੀਕ ਹੈ ਜੀ, ਹਾਂਜੀ, ਬਿਜ਼ੀ ਬਾਰੇ, ਹਾਂਜੀ, ਹੁਕਮ ਕਰੋ ਜੀ। ਬਿਜ਼ੀ ਬਾਰੇ ਪਹਿਲਾਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਦੱਸੋ ਕਿ ਇਹਦਾ ਸਾਹਿਤਕ ਪੱਖ ਕੀ ਹੈ। ਪਹਿਲਾਂ ਤਾਂ ਜੇ ਇਹਨੂੰ ਪੰਜਾਬੀ ਦੱਸਿਆ ਜਾਵੇ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਣਾ, ਲੋਕਾਂ ਨੇ ਕਹਿਣਾ ਬਿਜ਼ੀ ਤਾਂ ਬਿਜ਼ੀ ਹੁੰਦਾ ਯਾਰ। ਪਰ ਬਿਜ਼ੀ ਸਭ ਸਾਡੀ ਭਾਸ਼ਾ 'ਚ ਨਾ ਰਚ ਵਿੱਚ ਗਿਆ ਕਿ ਯਾ ਉਹ ਰਚ ਵਿੱਚ ਇਸ ਤਰ੍ਹਾਂ ਗਿਆ ਕਿ ਜਿਹੜਾ ਬਿਜ਼ੀ ਦਾ ਜਿਹੜਾ ਵਿਅਸਤ ਹੈ ਨਾ, ਅੱਜ ਕਹਿੰਦੇ ਮੈਂ ਵਿਅਸਤ ਹਾਂ,
ਇਹ ਆਇਆ ਜੀ ਸੰਸਕ੍ਰਿਤ ਤੋਂ, ਸੰਸਕ੍ਰਿਤ ਤੋਂ ਵਿੱਚ ਹਿੰਦੀ ਚਲ ਗਿਆ, ਹਿੰਦੀ ਦੇ ਵਿੱਚੋਂ ਪੰਜਾਬੀ 'ਚ ਆ ਹੀ ਜਾਂਦਾ, ਆ ਹੀ ਜਾਂਦਾ। ਜਿਵੇਂ ਕਿ ਇੱਕ ਬੀਬੀ ਕਹਿਣ ਲੱਗੀ, ਕਹਿੰਦੇ ਉਹਦੀ ਜਿਹੜੀ ਗੈਰਹਾਜ਼ਰੀ ਹੈ ਨਾ ਸਾਨੂੰ ਬੜੀ ਖਲਦੀ ਆ, ਜਾਣੀ ਕਿ ਖਲਦੀ ਨਾਟਕਾਂ ਤੋਂ ਸਿੱਖ ਗਏ ਕਿ ਜਾਣੀ ਕਿ ਉਸਕੀ ਗੈਰਹਾਜ਼ਰੀ ਮੁਝੇ ਬਹੁਤ ਖਲਤੀ ਹੈ। ਅੱਛਾ, ਇਸ ਕਰਕੇ ਜਿਹੜਾ ਵਿਅਸਤ ਆ ਸੰਸਕ੍ਰਿਤ ਦੇ ਵਿੱਚ ਵਿਅਸਤ ਸੀਗਾ, ਉਹ 'ਚ ਕਿਰਿਆਵਤ ਸੀਗਾ, ਉਹਦੇ ਵਿੱਚੋਂ ਪੰਜਾਬੀ 'ਚ ਆ ਗਿਆ ਵਿਅਸਤ, ਅਤੇ ਇੰਗਲਿਸ਼ 'ਚੋਂ ਆ ਗਿਆ ਬਿਜ਼ੀ। ਬਿਜ਼ੀ ਇੱਦਾਂ ਲੱਗਦਾ ਜੇ ਇੱਕ ਪੰਜਾਬੀ ਦਾ ਸ਼ਬਦ ਹੁੰਦਾ, ਅਤੇ ਉਰਦੂ ਦੇ ਵਿੱਚ ਕਹਿੰਦੇ ਆ ਮਸ਼ਗੂਲ ਜਾਂ ਮਸਰੂਫ, ਮੈਂ ਤਾਂ ਮਸਰੂਫ ਰੁਝੇਵੇਂ ਜੀ, ਉਹ ਰੁਝੇਵੇਂ ਹੋਰ ਪਾਸਿਓਂ ਆ ਗਿਆ, ਪਰ ਰੁਝੇਵਾਂ ਵੀ ਠੀਕ ਆ, ਪਰ ਰੁਝਿਆ ਹੋਏ ਨੂੰ ਬਿਜ਼ੀ ਕਹਿੰਦੇ। ਹਾਂਜੀ, ਚਲੋ। ਅਤੇ ਜਿਹੜਾ ਬਿਜ਼ੀ ਹੈ, ਅਕਸਰ ਲੋਕ ਬਿਜ਼ੀ ਕਿਉਂ ਰਹਿੰਦੇ ਆ, ਕਿਉਂ ਰਹਿੰਦੇ ਆ, ਕਿਆ ਬਾਤ ਹੈ? ਦੇਖੋ ਸੁਕਰਾਤ ਨੇ ਵੀ ਕਿਹਾ ਸੀ, ਉਹ ਕਹਿੰਦੇ ਉਹ ਖਬਰਦਾਰ ਹੋ ਜਾਓ ਜਿਹੜਾ ਤੁਸੀਂ ਕਹਿੰਦੇ ਹੋ ਮੈਂ ਰੁਝੇਵੇਂ, ਆਪਣੇ ਰੁਝੇਵਿਆਂ ਦੇ ਬਾਂਝਪਨ ਤੋਂ ਹੋ ਜਾਓ, ਖਬਰਦਾਰ ਹੋ ਜਾਓ, ਇੰਨੇ ਰੁਝੇਵੇਂ ਨਾ ਹੋ ਜਾਣ ਕਿ ਤੁਹਾਡੀ ਜ਼ਿੰਦਗੀ ਬਾਂਝਪਨ ਹੋ ਜਾਵੇ। ਦੂਜੇ ਪਾਸੇ ਅਗਲੇ ਨੇ ਕਿਹਾ, ਹਾਂਜੀ, ਇੱਕ ਹੋਰ ਵਿਚਾਰਵਾਨ ਨੇ ਕਹਿੰਦਾ ਤੁਸੀਂ ਜ਼ਿੰਦਗੀ ਦਾ ਮਜ਼ੇ ਨਹੀਂ ਲੈ ਸਕਦੇ ਜੇ ਤੁਸੀਂ ਬਿਜ਼ੀ ਨਹੀਂ। ਹਾਂਜੀ, ਉਹ ਕਾਹਦਾ? ਦੇਖੋ ਨਾ, ਜਿਹੜਾ ਮਤਲਬ ਮੈਂ ਸ਼ਰਾਬ ਨੂੰ ਜਾਂ ਸ਼ਰਬਤ ਨੂੰ ਪ੍ਰਮੋਟ ਨਹੀਂ ਕਰਦਾ, ਹੁਣ ਜਿਹੜਾ ਬੰਦਾ ਇੰਨਾ ਬਿਜ਼ੀ ਆ 13 ਘੰਟੇ 12 ਘੰਟੇ 12.5 ਘੰਟੇ, ਜੇ ਬਾਅਦ ਦੇ ਵਿੱਚ ਉਹ ਸ਼ਰਬਤ ਦਾ ਨਜ਼ਾਰਾ ਲੈਂਦਾ ਤਾਂ ਉਹ ਠੀਕ ਹੈ, ਜਿਹਦੇ ਮੂਹਰੇ 24 ਘੰਟੇ 24 ਘੰਟੇ 23 ਘੰਟੇ ਸ਼ਰਬਤ ਪਿਆ ਰਹਿੰਦਾ ਉਹਨੂੰ ਨਜ਼ਾਰਾ ਕੀ ਲੈਣਾ। ਇਸੇ ਤਰ੍ਹਾਂ ਮਤਲਬ ਜਿਵੇਂ ਚੀਜ਼ਾਂ ਹੁਣ ਮਤਲਬ ਕਿ ਜਲੇਬੀਆਂ ਦੀ ਦੁਕਾਨ 24 ਘੰਟੇ ਜਲੇਬੀਆਂ 'ਚ ਬੈਠਾ ਰਹਿੰਦਾ ਉਹਨੂੰ ਕੀ ਖਾਣੀਆਂ? ਸੋ ਇਹਦਾ ਮਤਲਬ ਇਹ ਨਹੀਂ, ਉਹ ਕਹਿੰਦਾ ਮੈਂ ਬਿਜ਼ੀ ਹੋਰ ਪਾਸੇ ਆ, ਜਦੋਂ ਇੱਧਰ ਆਇਆ ਤਾਂ ਬਹੁਤ ਇੰਜੋਏ ਕਰੂਗਾ। ਹਾਂ, ਜਦੋਂ ਵੀ ਕੋਈ ਇਨਸਾਨ ਕਿਸੇ ਇੱਕ ਚੀਜ਼ ਤੋਂ ਤਾਂ ਮਨ ਭਰ ਜਾਂਦਾ, ਫਿਰ ਹੀ ਉਹਨੂੰ ਦੂਜੀ ਚੀਜ਼ ਸਵਾਦ ਲੱਗਦੀ। ਕਹਿਣ ਦਾ ਮਤਲਬ ਜਦੋਂ ਤੁਸੀਂ ਮਨ ਭਰ ਜਾਂਦਾ ਕਹਿੰਦੇ ਆ, ਡੂੰਘੇ ਤੌਰ 'ਤੇ ਤੁਸੀਂ ਇਹੀ ਕਹਿੰਦੇ ਵੀ ਜਦੋਂ ਬੰਦਾ ਬਹੁਤ ਬਿਜ਼ੀ ਹੁੰਦਾ ਅਤੇ ਉਹਨੂੰ ਜਦੋਂ ਥੋੜ੍ਹੇ ਬਹੁਤੇ ਫੁਰਸਤ ਦੇ ਫਲ ਮਿਲਦੇ ਆ ਜੋ ਵੀ, ਅਤੇ ਉਹਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਅਤੇ ਕਰਨਾ ਚਾਹੀਦਾ ਵੀ ਹੈ। ਚਾਹੀਦਾ, ਹੁਣ 24 ਜਿੱਦਾਂ ਕਹਿੰਦੇ ਜੀ ਮੈਂ ਫਲਾਣਾ ਕਰੂਜ਼ 'ਤੇ ਚਲ ਗਿਆ, ਤਾਂ ਮਤਲਬ ਬਹੁਤ ਬਿਜ਼ੀ ਸੀ। ਆਹ ਗੋਰਿਆਂ ਨੇ ਵੈਕੇਸ਼ਨ ਤਾਂ ਦੇ ਬਣਾਈ ਸੀ। ਹਾਂਜੀ, ਸਾਡੇ ਲੋਕ ਤਾਂ ਓਵਰ ਟਾਈਮ ਮੰਗਦੇ ਆ, ਔਰ ਮੰਗਦੇ ਮੰਗਣਾ ਚਾਹੀਦਾ ਵੀ ਆ, ਪਰ ਇਹਨੇ ਵੀ ਮੰਗ ਮੰਗ ਮਰ ਜਾਈਏ। ਸੋ ਗੋਰਿਆਂ ਨੇ ਜਿਹੜੇ ਇੰਡੀਆ ਵਾਸਤੇ 58 ਸਾਲ ਦੀ ਉਮਰ ਵੀ ਤਦੇ ਬਣਾਈ ਸੀ, ਇਹਨੇ 55 ਬਣਾਈ ਸੀ। ਉਹਦੇ ਵਿੱਚ ਤਦੇ ਫੌਜੀਆਂ ਨੂੰ 2 ਮਹੀਨੇ ਦੀ ਛੁੱਟੀ, ਫਿਰ ਕੈਜੂਅਲ ਲੀਵ, ਸੋ ਬੱਚਿਆਂ ਦੀਆਂ ਇੰਨੀਆਂ ਛੁੱਟੀਆਂ, ਅਤੇ ਅਸੀਂ ਕਹਿੰਦੇ ਉਹ ਸਾਰਾ ਇਹ ਸੀਗਾ ਵੀ ਬਿਜ਼ੀ ਲਾਈਫ ਦੇ ਵਿੱਚ ਉਹਨਾਂ ਨੂੰ ਕੱਢੋ, ਕੱਢ ਕੇ ਮੁੜ ਕੇ ਬਿਜ਼ੀ ਲਾਈਫ 'ਚ ਲਿਆਉਣਾ, ਮੁੜ ਕੇ ਲਿਆਉਣਾ ਵੀ ਆ, ਤਾਂ ਕਿ ਬੰਦਾ ਰੀਚਾਰਜ ਹੋ ਜਾਵੇ ਆਉਣ ਵਾਲੇ ਹਫ਼ਤੇ ਲਈ ਕੰਮ ਕਰਨ ਵਾਸਤੇ, ਤਾਂ ਹੀ ਜ਼ਿਆਦਾ ਲੌਂਗ ਵੀਕਐਂਡ ਜਾਂ ਹਰ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਹੈ। ਯਾ ਬਿਲਕੁਲ ਠੀਕ ਹੈ। ਅਤੇ ਤੁਹਾਡਾ ਅਗਲਾ ਸਵਾਲ ਕੀ ਆ? ਅਗਲਾ ਸਵਾਲ ਇਹ ਹੈ ਕਿ ਜਿਹੜੀ ਸਭ ਤੋਂ ਬਿਜ਼ੀ ਅੱਜ ਦੀ ਡੇਟ ਵਿੱਚ ਕਿਹੜਾ ਇਨਸਾਨ ਹੈ? ਦੇਖੋ ਤੁਸੀਂ ਜੇ ਮੈਨੂੰ ਪਿੰਨ ਪੁਆਇੰਟ ਕਰਨ ਲਈ ਕਿਹਾ, ਮੈਂ ਨਹੀਂ ਕਹਿ ਸਕਦਾ, ਪਰ ਜੇ ਤੁਸੀਂ ਮੈਨੂੰ ਕਹੋ ਤੁਹਾਡਾ ਕੀ ਖਿਆਲ ਆ, ਹਾਂਜੀ, ਤਾਂ ਮੈਂ ਦੱਸ ਸਕਦਾ। ਤੁਹਾਡਾ ਖਿਆਲ ਹੀ ਜਾਣਨਾ ਚਾਹੁੰਦੇ ਹਾਂ ਜੀ ਅਸੀਂ। ਅੱਛਾ, ਜੇ ਹੁਣ ਮੋਦੀ ਸਾਹਿਬ ਨੂੰ ਪੁੱਛੋ ਕਹਿੰਦੇ ਮੈਂ ਬਿਜ਼ੀ ਹਾਂ ਸਭ ਤੋਂ, ਹਾਂਜੀ, ਸੋਨੀਆ ਜੀ ਨੂੰ ਪੁੱਛੋ ਕਹਿੰਦੇ ਮੈਂ ਬਿਜ਼ੀ ਹਾਂ, ਮੈਨੂੰ ਪੁੱਛੋ ਤਾਂ ਮੈਂ ਬਹੁਤ ਬਿਜ਼ੀ ਹਾਂ ਜੀ। ਕਿਆ ਬਾਤ ਹੈ! ਜੇ ਹੁਣ ਓਬਾਮਾ ਸਾਹਿਬ ਨੂੰ ਪੁੱਛੋ ਉਹ ਕਹਿੰਦੇ ਮੈਂ ਬਿਜ਼ੀ, ਜੇ ਤਾਸ਼ ਖੇਲਣੇ ਵਾਲਿਆਂ ਨੂੰ ਪੁੱਛੋ ਕਹਿੰਦਾ ਪਰੇ ਹਟ ਜਾ, ਹਾਂਜੀ, ਉਹ ਪਰੇ ਹਟ ਜਾ ਮੇਰੇ ਕੋਲੋਂ, ਮੇਰੀ ਵਾਰੀ ਨਾ ਲੰਘ ਜੇ, ਉਹ ਕਹਿੰਦਾ ਪਿੱਛੇ ਹੋ ਜਾ ਪਿੱਛੇ। ਇਹ ਇੰਡੀਆ ਦੇ ਵਿੱਚ ਇੱਕ ਅਖਾਣ ਵੀ ਬਣੀ ਹੁੰਦੀ ਸੀ, ਉਹ ਕਹਿੰਦੇ ਤਾਸ਼ ਖੇਲਣ ਵਾਲਿਆਂ ਦੀ ਮਾਈ ਮਰ ਗਈ, ਉਹਨੇ ਚੱਕ ਕੇ ਭੜੋਲੇ 'ਚ ਪਾ ਲਈ, ਭੜੋਲੇ 'ਚ ਨਹੀਂ ਰੱਖ ਸਕਦੇ ਮਾਈ ਨੂੰ, ਕਹਿਣ ਦਾ ਮਤਲਬ ਅੱਜ ਕੱਲ੍ਹ ਜਿੱਦਾਂ ਰੱਖ ਲੈਂਦੇ ਨਾ ਮੋਰਚਰੀ ਦੇ ਵਿੱਚ, ਅਤੇ ਜਿੱਦਾਂ ਫਰੀਜ਼, ਅਤੇ ਉਹ ਕਹਿਣ ਦਾ ਉਹਨਾਂ ਦਾ ਮਤਲਬ ਇਹ ਸੀ, ਮਰਿਆਂ ਨੂੰ ਬੰਦੇ ਨੂੰ ਤਾਂ ਭੜੋਲੇ 'ਚ ਰੱਖ ਹੀ ਨਹੀਂ ਸਕਦੇ, ਉਹ ਤਾਂ ਦੂਜੇ ਦਿਨ ਜਾਂ ਤੀਜੇ ਦਿਨ ਖਰਾਬ ਹੋ ਜਾਣਾ, ਉਸੇ ਦਿਨ ਖਰਾਬ ਹੋ ਜਾਣਾ, ਉੱਥੇ ਕਿਹੜਾ ਕੋਈ ਟੈਂਪਰੇਚਰ ਉਹਦਾ ਮੈਂਟੇਨ ਹੁੰਦਾ। ਕਹਿਣ ਦਾ ਮਤਲਬ ਈਵਨ ਤੁਸੀਂ ਕਹਿੰਦੇ ਵੀ ਓਬਾਮਾ ਬਿਜ਼ੀ ਹੋਣਾ, ਉਹ ਕਹਿੰਦੇ ਨਹੀਂ ਜੀ, ਮੋਦੀ ਬਿਜ਼ੀ ਹੋਣਾ, ਉਹ ਕਹਿੰਦੇ ਨਹੀਂ ਜੀ, ਸੋਨੀਆ ਜੀ ਬਿਜ਼ੀ ਹੋਣੇ ਆ, ਨੋ, ਉਹ ਕਹਿੰਦੇ ਹੋਣਾ ਨਹੀਂ ਜੀ, ਬਾਦਲ ਸਾਹਿਬ ਬਿਜ਼ੀ ਹੋਣੇ, ਨੋ, ਤੁਸੀਂ ਕਹਿੰਦੇ ਤੁਸੀਂ ਬਿਜ਼ੀ, ਮੈਂ ਕਹਿੰਦਾ ਮੇਰੇ ਨਾਲ ਕੋਈ ਬਿਜ਼ੀ ਨਹੀਂ, ਹਾਂਜੀ, ਹੈ ਜੀ। ਹੁਣ ਅਸੀਂ ਮਤਲਬ ਜਦੋਂ ਆਪਣੀ ਰਿਕਾਰਡਿੰਗ ਲਈ ਵੀ ਸਕੈਡਿਊਲ ਕੱਢਦੇ ਹਾਂ, ਉਹ ਕਿੰਨੇ ਬਿਜ਼ੀ ਆ, ਬਹੁਤ ਜ਼ਿਆਦਾ, ਹਰ ਕੋਈ ਬਿਜ਼ੀ ਆ, ਇਸ ਕਰਕੇ ਤੁਸੀਂ ਇਹ ਨਹੀਂ ਫੇਰ, ਮੈਂ ਜਿੱਦਾਂ ਤੁਹਾਨੂੰ ਤਾਸ਼ ਖੇਲਣ ਵਾਲਿਆਂ ਦੀ ਉਦਾਹਰਨ ਦਿੱਤੀ ਆ, ਪਰ ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦੀ ਕਿ ਲੋਕ ਇੰਨੇ ਬਿਜ਼ੀ ਕਿਉਂ ਹੁੰਦੇ ਜਾ ਰਹੇ ਦਿਨ ਬਰ ਦਿਨ? ਕੀ ਇਹ ਸਾਇੰਸ ਦੇ ਯੁੱਗ ਕਰਕੇ ਹੈ ਜਾਂ ਲੋਕਾਂ ਦੀ ਜਿਹੜੀ ਚੀਜ਼ਾਂ ਪ੍ਰਤੀ ਦੌੜ ਹੈ ਉਹਦੇ ਕਰਕੇ ਹੈ? ਕਿਆ ਬਾਤ ਹੈ! ਇਹ ਤੁਹਾਡੇ ਦੋਵੇਂ ਤੁਸੀਂ ਉਹ ਕਵਰ ਵੀ ਕਰ ਲਏ। ਪਹਿਲੀ ਤਾਂ ਗੱਲ ਇਹ ਆ, ਬਿਜ਼ੀ ਇਸ ਕਰਕੇ ਉਹ ਇਹ ਨਹੀਂ ਹੈਗਾ ਵੀ ਉਹ ਰੀਅਲੀ ਬਿਜ਼ੀ ਆ, ਕਈ ਤਾਂ ਲੋਕ ਬਿਜ਼ੀ ਦਿਸਦੇ ਆ, ਉਹ ਬਿਜ਼ੀ ਨਹੀਂ ਹੈਗੇ। ਤਾਂ ਜਿਵੇਂ ਇੱਕ ਵਿਦਵਾਨ ਨੇ ਇਹ ਕਿਹਾ, ਉਹ ਕਹਿੰਦਾ ਅਗਲੇ ਦੀ ਕਦਰ ਕਰੋ, ਆਪ ਕਿਸੇ ਆਪਣੇ ਆਪ ਨੂੰ ਇੰਨੇ ਨਾ ਬਿਜ਼ੀ ਸ਼ੋਅ ਕਰੋ ਵੀ ਮੈਂ ਤਾਂ ਤੈਨੂੰ ਦੇਖਿਆ ਹੀ ਨਹੀਂ। ਹਾਂਜੀ, ਦੂਜੀ ਗੱਲ ਉਹ ਕਹਿੰਦੇ ਵੀ ਕਿਉਂ ਬਿਜ਼ੀ ਕਿਉਂ ਆ, ਕਈ ਦੇਖੋ ਹੁਣ ਮੈਂ ਮਾਫ਼ ਕਰਨਾ, ਜਾਣੀ ਕਿ ਜੇ ਕਹਿ ਲਈਏ ਜਿਹੜੀ ਸ਼ਹਿਦ ਦੀ ਮੱਖੀ ਆ, ਉਹ ਕਹਿੰਦੇ ਬਹੁਤ ਬਿਜ਼ੀ ਆ, ਉਹ ਕਹਿੰਦੇ ਬਿਜ਼ੀ ਨਹੀਂ, ਇਹ ਤੋਂ ਘੱਟ ਉਹ ਬਜ਼ਿੰਗ ਕਰੇ ਹੀ ਨਹੀਂ ਸਕਦੀ। ਹਾਂਜੀ, ਇਹ ਤੋਂ ਘੱਟ ਉਹ ਬਜ਼ਿੰਗ ਗੁਜ਼ਾਰਾ ਹੀ ਨਹੀਂ ਹੋ ਸਕਦਾ, ਕਹਿਣ ਦਾ ਮਤਲਬ। ਹਾਂ, ਦੂਜੀ ਗੱਲ ਪਰਮਾਤਮਾ ਨੇ ਹਰ ਇੱਕ ਨੂੰ
ਉੱਥੋਂ ਜਹਾਜ਼ ਫੜਿਆ, ਰਾਤ ਦਾ ਖਾਣਾ ਤੁਸੀਂ ਮਹਾਰਾਸ਼ਟਰ 'ਚ ਖਾਧਾ। ਸੋ ਇੱਕ ਤਾਂ ਤੁਹਾਨੂੰ ਬਿਜ਼ੀ ਕਰ ਦਿੱਤਾ ਟੈਕਨੋਲੋਜੀ ਨੇ, ਅਤੇ ਦੂਜੀ ਗੱਲ ਤੁਹਾਡੀਆਂ ਲੋੜਾਂ ਨੇ ਵੀ ਕਰਤਾ, ਘਰ ਬਹਿ ਕੇ ਤੁਹਾਡਾ ਸਾਰੇ ਨਹੀਂ ਸਕਦਾ। ਖਾਸ ਕਰਕੇ ਇਹਨਾਂ ਦੇਸ਼ਾਂ ਵਿੱਚ ਤਾਂ ਲੋੜਾਂ ਨੇ ਕੀਤਾ ਹੋਇਆ, ਕਿਉਂਕਿ ਜਦੋਂ ਅਸੀਂ ਆਪਣੇ ਦੇਸ਼ ਰਹਿੰਦੇ ਸੀ ਜਿੱਥੇ ਭਾਰਤ ਦੇ ਵਿੱਚ, ਅਤੇ ਉੱਥੇ ਸਾਡੇ ਕੋਲ ਸਾਰਾ ਕੁਛ ਬਣਿਆ ਬਣਾਇਆ ਹੁੰਦਾ ਸੀ, ਘਰ ਬਾਰ, ਅਤੇ ਸਾਨੂੰ ਇੰਨੀ ਭੱਜ ਦੌੜ ਨਹੀਂ ਸੀ ਕਰਨੀ ਪੈਂਦੀ ਰਿਸੋਰਸਿਸ ਨੂੰ ਇਕੱਠਾ ਕਰਨ। ਅਸੀਂ ਇਹ ਤੁਹਾਡੀ ਗੱਲ ਠੀਕ ਆ, ਪਰ ਅਸੀਂ ਇਸ ਦੇਸ਼ ਦੇ ਪਿੱਛੇ ਇਸ ਦੇ ਆਪ ਆਏ ਹਾਂ ਅਸੀਂ ਭੱਜ ਭੱਜ ਕੇ। ਹਾਂਜੀ, ਅਸੀਂ ਇਸ ਦੇਸ਼ ਦੇ ਪਿੱਛੇ ਵੀ ਭੱਜ ਭੱਜ ਕੇ ਆਪ ਆਏ ਹਾਂ। ਸੋ ਇਹ ਦੇਸ਼ ਹੁਣ ਮੇਰਾ ਦੇਸ਼ ਹੈ, ਜਿਹੜਾ ਭਾਰਤ ਆ ਉਹ ਮੇਰੀ ਜਨਮ ਭੂਮੀ ਆ। ਸੋ ਇਸ ਦੇਸ਼ ਨੇ ਸਾਨੂੰ ਬਿਜ਼ੀ ਕੀਤਾ ਸੀ, ਆਪ ਚੁਣਿਆ। ਸੋ ਅਸੀਂ ਹੁਣ ਜੇ ਆਪਣੇ ਜੇ ਜਨਮ ਭੂਮੀ 'ਚ ਜਾ ਕੇ ਦੇਖੀਏ, ਉੱਥੇ ਸਾਨੂੰ ਵੇਲ ਹੀ ਵੇਲ ਲੱਗਦਾ। ਹਾਂਜੀ ਹਾਂਜੀ, ਪਰ ਜਿਹੜਾ ਵੇਲ ਹੈ ਕਿ ਜਿਹੜਾ ਵਿਹਲਾ ਟਾਈਮ ਹੈ ਉਹਦੀ ਵੀ ਜਿਹੜੀ ਵਰਤੋਂ ਆ ਉਹ ਜੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਸਾਡੇ ਸਮਾਜ ਨੂੰ, ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਉਹਦਾ ਫਾਇਦਾ ਹੋ ਸਕਦਾ। ਜੀ ਬਿਲਕੁਲ ਹੋ ਸਕਦਾ, ਨਾਲ ਇਹ ਵੀ ਆ ਕਿ ਵਿਹਲੇ ਜਿਹੜਾ ਵਿਹਲੇ ਸਮੇਂ ਨੂੰ, ਹਾਂਜੀ, ਵਿਹਲਿਆਂ ਵਾਂਗੂ ਚੱਜਣਾ ਰਹਿ ਕੇ ਇੱਕ ਉਪਜਾਊ ਵਿਹਲਾ ਰਹਿਣਾ। ਹਾਂਜੀ, ਉਹ ਵਿਹਲਾ ਰਹਿ ਕੇ ਵੀ ਉਹਨੂੰ ਵੀ ਕਹਿੰਦੇ ਆ ਵੀ ਇਹ ਬੰਦਾ ਬਿਜ਼ੀ ਆ। ਤੁਸੀਂ ਹੋਰ ਇਹ ਸਮੇਂ 'ਤੇ ਹਰ ਵੇਲੇ ਸਵੈਟਰ ਹੀ ਬੁਣਦਾ ਰਹੇ, ਕਈ ਵਾਰ ਬੰਦਾ ਵਿਹਲਾ ਬੈਠਾ ਉਹ ਵੀ ਆਪਣੇ ਵਿਹਲ ਨੂੰ ਵਰਤਦਾ, ਈਵਨ ਵਾਸ਼ਰੂਮ 'ਚ ਨਹਾਉਂਦਾ, ਉਹ ਸੋਚਦਾ ਵੀ ਮੈਂ ਕੱਲ੍ਹ ਨੂੰ ਕੀ ਕਰਨਾ ਜਾਂ ਰਾਤ ਨੂੰ ਮੈਂ ਕੀ ਕਰਨਾ ਜਾਂ ਮੈਂ ਅਗਲੇ ਹਫ਼ਤੇ ਕੀ ਕਰਨਾ। ਤੁਹਾਡੇ ਖਿਆਲ ਤੋਂ ਉਹ ਵਿਹਲਾ ਆ ਫਿਰ? ਨਹੀਂ, ਮੇਰੇ ਖਿਆਲ 'ਚ ਵਿਹਲਾ ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਕਿ ਜਿਹੜਾ ਇਨਸਾਨ ਆ ਉਹ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਵਿਅਸਤ ਰਹਿੰਦੇ। ਕਈ ਲੋਕਾਂ ਦੇ ਉੱਤੇ ਮਾਨਸਿਕ ਤੌਰ 'ਤੇ ਜ਼ਿਆਦਾ ਬਰਡਨ ਹੈ, ਕਈ ਲੋਕਾਂ ਦੀ ਐਵੇਂ ਦੀ ਜੋਬਸ ਆ ਕਿ ਉਹਨਾਂ ਦੇ ਸਰੀਰਕ ਤੌਰ 'ਤੇ ਉਹਨਾਂ 'ਤੇ ਜ਼ਿਆਦਾ ਭਾਰ ਆ ਅਤੇ ਉਹ ਜ਼ਿਆਦਾ ਬਿਜ਼ੀ ਨੇ। ਹਾਂ, ਤੁਸੀਂ ਹੁਣ ਜਿਹੜੀ ਗੱਲ ਕਹਿੰਦੇ ਆ ਉਹ ਬਿਲਕੁਲ ਠੀਕ ਵੀ ਆ, ਪਰ ਉਹਨੂੰ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਜਿਹੜਾ ਭਾਰਾ ਕੰਮ ਕਰਦਾ ਉਹ ਦਿਮਾਗੀ ਤੌਰ 'ਤੇ ਬਿਜ਼ੀ ਨਹੀਂ। ਕਿਉਂ ਨਹੀਂ ਬਿਜ਼ੀ? ਉਹ ਹੋ ਸਕਦਾ ਉਹ ਤਾਂ ਚੱਕਦਾ, ਇੱਟਾਂ ਚੱਕਦਾ, ਉਹ ਪੱਥਰ ਚੱਕਦਾ, ਉਹ ਕੰਸਟਰਕਸ਼ਨ ਕਰਦਾ, ਉਹ ਵੱਡਾ ਟਰੱਕ ਚਲਾਉਂਦਾ, ਪਰ ਉਹਦੇ ਦਿਲ ਦੇ ਵਿੱਚ ਕੀ ਆ, ਉਹਦੇ ਮਨ, ਜਾਣੀ ਜਿਹਨੂੰ ਮਨ ਕਹਿੰਦੇ, ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਕੀ ਆ, ਮੈਂ ਲੜਕੀ ਦਾ ਵਿਆਹ ਕਰਨਾ, ਮੈਂ ਇੰਡੀਆ ਨੂੰ ਪੈਸੇ ਭੇਜਣੇ ਆ, ਮੇਰੀ ਮਾਂ ਬਿਮਾਰ ਆ, ਮੇਰਾ ਬਾਪ ਬਿਮਾਰ ਆ, ਮੈਂ ਭਰਾ ਨੂੰ ਫੀਸ ਭੇਜਣੀ ਆ। ਸੋ ਇਹ ਨਹੀਂ ਵੀ ਤੁਸੀਂ ਕਹਿ ਸਕਦੇ ਜਿਹੜਾ ਕੰਪਿਊਟਰ 'ਤੇ ਬੈਠਾ ਉਹ ਹੀ ਬਹੁਤ ਬਿਜ਼ੀ ਆ, ਜਿਹੜਾ ਜਿਸਮਾਨੀ ਕੰਮ ਕਰਦਾ ਬਿਜ਼ੀ ਉਹ ਵੀ ਬਹੁਤ ਆ। ਹਾਂਜੀ, ਅਤੇ ਜਿਹੜਾ ਬਿਜ਼ੀ ਇਨਸਾਨ ਹੈ ਇਹ ਵੈਸੇ ਫਾਇਦੇਮੰਦ ਹੋ ਸਕਦਾ ਹੈ ਤੁਹਾਡੇ ਮੁਤਾਬਕ, ਕਿ ਸਮਾਜ ਲਈ ਜਾਂ ਸਾਡੇ ਦੇਸ਼ ਦੀ ਉੱਨਤੀ ਦੇ ਲਈ ਬਿਜ਼ੀ ਰਹਿਣਾ ਫਾਇਦੇਮੰਦ ਹੈ? ਕਿਉਂ ਨਹੀਂ, ਕਿਉਂ ਨਹੀਂ ਬਿਜ਼ੀ, ਜੇ ਅਸੀਂ ਬਿਜ਼ੀ ਰਹਿੰਦੇ ਹਾਂ, ਪਰ ਕਹਿੰਦੇ ਇੰਨਾ ਨਾ ਬਿਜ਼ੀ ਕਰ ਲਓ ਕਿ ਤੁਹਾਡੀ ਜਿਹੜੀ ਜ਼ਿੰਦਗੀ ਬਾਂਝ ਹੋ ਜਾਏ। ਹਰ ਇੱਕ ਚੀਜ਼ ਦੀ ਹੱਦ ਆ, ਉਸ ਹੱਦ ਤੱਕ ਬਿਜ਼ੀ ਰਹਿਣਾ ਤੁਹਾਨੂੰ ਚੰਗਾ ਆ, ਅਤੇ ਉਹ ਜਾਂ ਉਹ ਸਾਡੀ ਮੰਗ ਵੀ ਆ, ਸਮੇਂ ਦੀ ਉਹ ਮੰਗ ਵੀ ਹੈਗੀ ਆ। ਰਾਈਟ, ਕਈ ਕਹਿੰਦਾ ਮੈਂ ਹਿਸਟਰੀ ਤਾਂ ਲਿਖ ਲਈ ਪਰ ਮੇਰੇ ਕੋਲ ਹਿਸਟਰੀ ਪੜ੍ਹਨ ਦਾ ਸਮਾਂ ਨਹੀਂ। ਅਤੇ ਤੁਸੀਂ ਜਿਹੜਾ ਬਿਜ਼ੀ ਹੈ ਇਹਨੂੰ ਕਿਸੇ ਧਾਰਮਿਕ ਪੱਖ ਨਾਲ ਜੋੜ ਕੇ ਦੇਖ ਸਕਦੇ ਹੋ? ਕਿਸੇ ਨਾਲ, ਹਰ ਧਾਰਮਿਕ ਪੱਖ ਨਾਲ। ਹਾਂ, ਹਰ ਧਾਰਮਿਕ, ਸਾਨੂੰ ਜਿਹੜਾ ਗੁਰੂ ਜੀ ਨੇ ਜਾਂ ਸਾਨੂੰ ਧਾਰਮਿਕ ਉਪਦੇਸ਼ਾਂ 'ਚ ਕਿਹਾ ਸਾਸ ਗਰਾਸ, ਇਹਦਾ ਮਤਲਬ ਕੀ ਆ ਫਿਰ? ਸਾਸ ਗਰਾਸ ਦਾ ਮਤਲਬ ਇਹੀ ਆ ਵੀ ਭਾਈ ਸਾਹਿਬ ਜਦੋਂ ਅੰਦਰ ਨੂੰ ਸਾਹ ਜਾਂਦਾ ਤਾਂ ਵੀ ਬਿਜ਼ੀ ਰਹਿ, ਕਿਹੜਾ ਰੱਬ ਦੇ ਨਾਂ, ਜਦੋਂ ਬਾਹਰ ਨੂੰ ਜਾ ਸਾਹ ਜਾਂਦਾ ਤਾਂ ਵੀ ਬਿਜ਼ੀ ਰਹਿ, ਰੱਬ ਦੇ ਨਾਂ 'ਚ ਆਪਣੀ ਕਿਰਤ ਕਰ, ਨਾਮ ਜਪ ਅਤੇ ਵੰਡ ਕੇ ਖਾ, ਇਹ ਬਿਜ਼ੀ ਰਹਿਣ ਦਾ ਇੱਕ ਢੰਗ ਹੈਗਾ। ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਬਿਜ਼ੀ ਬਾਰੇ ਬੜੀ ਖੁੱਲ੍ਹ ਕੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਇਸੇ ਟਾਈਮ ਫਿਰ ਮਿਲਾਂਗੇ, ਤਦ ਤੱਕ ਲਈ ਸਤਿ ਸ੍ਰੀ ਅਕਾਲ। ਨਿਊ ਵੇ ਰੇਲਿੰਗ ਲਿਮਟਿਡ, patio railing, fence and gates, window security bar, aluminum railing, glass railing, aluminum metal, welding, patio. Unit 111-8370-128 Street, Surrey, BC. Call 604-773-1452. ਅਤੇ ਹੁਣ ਸਾਡੇ ਪਿਆਰੇ ਵਪਾਰੀ ਭੈਣਾਂ ਅਤੇ ਵੀਰਾਂ ਵਾਸਤੇ ਇੱਕ ਸੰਦੇਸ਼ ਹੈ ਕਿ ਜੇਕਰ ਤੁਸੀਂ ਆਪਣੇ ਵਪਾਰ ਵਿੱਚ ਵਾਧਾ ਦੇਖਣਾ ਚਾਹੁੰਦੇ ਹੋ ਤਾਂ ਬੇਝਿਜਕ ਸਾਨੂੰ ਸਕਰੀਨ 'ਤੇ ਨੰਬਰ ਦੇ ਕੇ ਸੰਪਰਕ ਕਰੋ, ਅਸੀਂ ਤੁਹਾਡੇ ਵਾਸਤੇ ਬੜੀ ਹੀ ਵਧੀਆ ਪੈਕੇਜ ਡੀਲ ਤਿਆਰ ਕੀਤੀ ਹੋਈ ਹੈ। ਸੋ ਜਲਦ ਤੋਂ ਜਲਦ ਸਕਰੀਨ ਤੋਂ ਨੰਬਰ ਦੇਖੋ ਅਤੇ ਸਾਨੂੰ ਕੰਟੈਕਟ ਕਰੋ ਅਤੇ ਅਸੀਂ ਤੁਹਾਨੂੰ ਵਧੀਆ ਡੀਲ ਦਾ ਫਾਇਦਾ ਦੇ। ਇਹ ਸੀ ਸਾਡੀ ਅੱਜ ਦੀ ਫਖਰੀਆ ਪੇਸ਼ਕਾਸ਼, ਅਤੇ ਅਗਲੇ ਹਫ਼ਤੇ ਫਿਰ ਮਿਲਣ ਦਾ ਵਾਅਦਾ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਪੂਨਮ ਬੈਂਸ ਬਸਰਾ, ਸਤਿ ਸ੍ਰੀ ਅਕਾਲ।